ਸੀ ਆਫਰ ਕਰਕੇ ਆਏ ਆ ਕਸਟਮਰਸ ਤੇ ਇਹ ਆਫਰ ਸਿਰਫ ਸਿਰਫ ਖੁਸ਼ਾਇਪੁਰ ਆਟੋਮੋਬਾਈਲਸ ਦੀਆਂ ਸਾਈਆਂ ਬ੍ਰਾਂਚਾਂ ਖੁਸ਼ਾਇਪੁਰ ਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ 30 ਨਵੰਬਰ ਨੂੰ ਜੇ ਆਪਾਂ ਇੰਸ਼ੋਰੈਂਸ ਕਰਨੇ ਆ ਤਾਂ ਉੱਤੇ 10% ਦਾ ਟੋਟਲ ਅਮਾਉਂਟ ਦੇ ਉੱਤੇ ਆਫਰ ਹੈ 5000 ਰੁਪਏ ਦੀ ਐਸੈਸਰੀ ਦਾ ਟਾਪ-ਅਪ ਪਲਾਨ ਫ੍ਰੀ ਮਿਲ ਜਾਏਗਾ ਲੇਬਰ ਦੇ ਉੱਤੇ ਅਸੀਂ ਤੁਹਾਨੂੰ 75% ਫਲੈਟ ਡਿਸਕਾਊਂਟ ਦਵਾਂਗੇ ਜੀ ਕਸਟਮਰਸ ਜਿਹੜੇ ਆਏਗੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਆ ਸਰ ਬਿਗ ਮਾਰੂਤੀ ਸੇਲ ਡੇ ਦੀ ਜਿਹੜੀ ਚਰਚਾ ਸ਼ਹਿਰ ਦੇ ਵਿੱਚ ਕਾਫੀ ਚੋਰਾ ਸ਼ੋਰਾ ਦੇ ਨਾਲ ਚੱਲ ਰਹੀ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਗਾ ਜੀ ਬਿਗ ਮਾਰੂਤੀ ਸੇਲ ਡੇ ਇੱਕ ਅਸੀਂ ਫੈਸਟੀਵਲ ਮਨਾ ਰਹੇ ਹੈਗੇ ਆ ਮਾਰੂਤੀ ਦੀ ਸਾਈਆ ਸਰਵਿਸਿਜ਼ ਦੇ ਉੱਤੇ ਜੋ ਸਾਡੇ ਮਾਰੂਤੀ ਦੇ ਕਸਟਮਰਸ ਨੇ ਜਾਂ ਜੋ ਚਾਵਾਨ ਨੇ ਮਾਰੂਤੀ ਦੀ ਗੱਡੀ ਖਰੀਦਣ ਲਈ ਉਹਨਾਂ ਸਾਰਿਆਂ ਲਈ ਇੱਕ ਹਿਊਜ ਵਨ ਟਾਈਮ ਆਫਰ ਆ ਕੇ ਆਇਆ ਬਹੁਤ ਵੱਡਾ ਇਹ ਇੱਕ ਅਸੀਂ ਆਫਰ ਆ ਕੇ ਆਏ ਹਾਂ ਕਸਟਮਰਸ ਦੇ ਲਈ ਜਿਹਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਅਸੀਂ ਆਫਰ ਦਿੱਤਾ ਹੈਗਾ ਹੈ ਸਟਾਰਟਿੰਗ ਫਰੋਮ ਦਾ ਨਿਊ ਕਾਰ ਜੇ ਤੁਸੀਂ 30th ਨਵੰਬਰ ਵਾਲੇ ਦਿਨ ਸ਼ਨੀਵਾਰ ਨੂੰ ਕੋਈ ਵੀ ਮਾਰੂਤੀ ਦੀ ਨਵੀਂ ਗੱਡੀ ਪਰਚੇਸ ਕਰਦੇ ਹੋ ਹੁਸ਼ਾਇਪੁਰ ਆਟੋਮੋਬਾਈਲਸ ਤੋਂ ਇਹ ਆਫਰ ਸਿਰਫ ਅਤੇ ਸਿਰਫ ਹੁਸ਼ਾਇਪੁਰ ਆਟੋਮੋਬਾਈਲਸ ਦੀਆਂ ਸਾਈਆਂ ਬ੍ਰਾਂਚਾਂ ਹੁਸ਼ਾਇਪੁਰ ਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਐਪਲੀਕੇਬਲ ਹੈ ਸੋ ਜੇ ਤੁਸੀਂ ਨਵੀਂ ਕੋਈ ਵੀ ਗੱਡੀ ਪਰਚੇਸ ਕਰਦੇ ਹੋ ਤੁਹਾਨੂੰ ਸਟ੍ਰੇਟ ਅਵੇ ਜੋ ਵੀ ਕੰਜ਼ਿਊਮਰ ਆਫ ਮਾਰੂਤੀ ਵੱਲੋਂ ਚੱਲ ਰਿਹਾ ਹੈਗਾ ਉਹਦੇ ਤੇ ਓਵਰ ਐਂਡ ਅਬੋਵ ਥੈਟ ਕੰਜ਼ਿਊਮਰ ਆਫਰ 7500 ਰੁਪਏ ਦੀ ਅਸੈਸਰੀਜ਼ ਤੁਹਾਨੂੰ ਫਲੈਟ ਫ੍ਰੀ ਮਿਲੂਗੀਆਂ ਉਸ ਗੱਡੀ ਦੀ ਪਰਚੇਸ ਦੇ ਨਾਲ ਉਹਦੇ ਨਾਲ-ਨਾਲ ਜੇ ਤੁਸੀਂ ਗੱਡੀ ਫਾਈਨਾਂਸ ਕਰਾਉਂਦੇ ਹੋ ਸਾਡੇ ਥਰੂ ਤੇ ਹਰ 1 ਲੱਖ ਰੁਪਏ ਦੇ ਪਿੱਛੇ 1000 ਰੁਪਏ ਦਾ ਐਡੀਸ਼ਨਲ ਕੈਸ਼ ਡਿਸਕਾਊਂਟ ਮਿਲੇਗਾ ਉਹਦੇ ਨਾਲ ਜੇ ਤੁਸੀਂ ਆਪਣੀ ਸੈਕੰਡ ਹੈਂਡ ਗੱਡੀ ਵੀ ਸਾਨੂੰ ਵੇਚ ਗਏ ਹੋਗੇ ਉਹਨਰ 5000 ਰੁਪਏ ਦੀ ਅਸੈਸਰੀ ਦਾ ਟਾਪ-ਅਪ ਤੁਹਾਨੂੰ ਫ੍ਰੀ ਮਿਲ ਜਾਏਗਾ ਐਂਡ 5ਵੇਂ ਸਾਲ ਦੀ ਜੇ ਤੁਸੀਂ ਵਗੈਂਟੀ ਕਰਨੇ ਹੋ ਤੇ ਉਸ ਵਗੈਂਟੀ ਦੇ ਵਿੱਚ ਵੀ 10% ਦਾ ਡਿਸਕਾਊਂਟ ਜਿਹੜਾ ਆ ਉਹ ਕਸਟਮਰ ਲਈ ਮਿਲ ਜਾਣਾ ਸੋ ਜੇ ਮੈਂ ਲਗਾ ਕੇ ਚੱਲਾਂ ਕਿ ਤੁਸੀਂ 5 ਲੱਖ ਦੀ ਸਾਡੇ ਤੋਂ ਫਾਈਨਾਂਸ ਕਰਨੇ ਹੋ ਵਗੈਂਟੀ ਕਰਨੇ ਹੋ ਤੇ ਕੰਜ਼ਿਊਮਰ ਆਫਰ ਤੋਂ ਉੱਪਰ 19000 ਰੁਪਏ ਦਾ 19000 ਦਾ ਅਸੀਂ ਡਿਸਕਾਊਂਟ ਪਰ ਗੱਡੀ ਦੇ ਰਹੇ ਹੈਗੇ ਆ ਜਿਹਦਾ ਕੀ ਮਤਲਬ ਹੈ ਕਿ ਐਵੇਂ ਦਾ ਆਫਰ ਨਾ ਹ ਤੱਕ ਕਦੀ ਮਾਰੂਤੀ ਵੱਲੋਂ ਆਇਆ ਨਾ ਸਾਡੇ ਵੱਲੋਂ ਔਰ ਨਾ ਹੀ ਆਉਣ ਵਾਲੇ ਅਗਲੇ ਮਹੀਨੇ ਦਸੰਬਰ ਚ ਜਾਂ ਕਿਸੇ ਵੀ ਮੰਥ ਚ ਆਏਗਾ ਸੋ ਵੀ ਆਰ ਗਿਵਿੰਗ ਅ ਹਿਊਜ ਆਫਰ ਔਨ ਨਿਊ ਕਾਰ ਸੇਲਸ ਇਹਦੇ ਨਾਲ ਨਾਲ ਜੇ ਤੁਸੀਂ ਟ੍ਰੂ ਵੈਲਿਊ ਚ ਕੋਈ ਗੱਡੀ ਖਰੀਦਦੇ ਹੋ ਉਹਦੇ ਤੇ ਵੀ 5000 ਦੀ ਅਸੈਸਰੀ ਔਰ ਜੇ ਤੁਸੀਂ ਫਾਈਨਾਂਸ ਕਰਨੇ ਹੋ ਇਸੇ ਤਰੀਕੇ ਨਾਲ ਲੱਖ ਰੁਪਏ ਦੇ ਪਿੱਛੇ ਹਜ਼ਾਰ ਰੁਪਏ ਦਾ ਡਿਸਕਾਊਂਟ ਹੈ ਦੂਸਰਾ ਜਿਹੜਾ ਇਹਦੇ ਵਿੱਚ ਸਭ ਤੋਂ ਵੱਡਾ ਆਫਰ ਹੈ ਉਹ ਹੈਗਾ ਸਾਡੇ ਜੋ ਐਗਜ਼ਿਸਟਿੰਗ ਕਸਟਮਰ ਹੈ ਜਿਨ੍ਹਾਂ ਦੇ ਕੋਲ ਮਾਰੂਤੀ ਦੀਆਂ ਗੱਡੀਆਂ ਨੇ ਉਹਨਾਂ ਲਈ ਆਫਰ ਹੈ ਕਿ ਸਰਵਿਸ ਦੇ ਵਿੱਚ ਗੱਡੀ ਦੀ ਜਿੰਦਾਸੀ ਸਰਵਿਸ ਕਰਾਵਾਂਗੇ ਉਹਦੇ ਵਿੱਚ ਲੇਬਰ ਦੇ ਉੱਤੇ ਅਸੀਂ ਤੁਹਾਨੂੰ 75% ਫਲੈਟ ਡਿਸਕਾਊਂਟ ਦਵਾਂਗੇ ਜੀ ਸੋ 75% ਦਾ ਕੀ ਮਤਲਬ ਹੈ ਕਿ 2000 ਦੇ ਪਿੱਛੇ 2000 ਦੀ ਲੇਬਰ ਦੇ ਪਿੱਛੇ ਜੀ ਤੁਹਾਨੂੰ 1400 ਰੁਪਿਆ ਫਲੈਟ ਡਿਸਕਾਊਂਟ ਦਵਾਂਗੇ 2000 ਵਾਲਾ ਕੰਮ ਤੁਸੀਂ ਸਿਰਫ ਔਰ ਸਿਰਫ 600 ਰੁਪਏ ਦੇ ਵਿੱਚ ਕਰਵਾ ਕੇ ਜਾਓਗੇ ਉਹਦੇ ਨਾਲ ਨਾਲ ਜੋ ਤੁਹਾਡੀ ਗੱਡੀ 'ਚ ਸਪੇਅਰ ਪਾਰਟ ਪਵੇਗਾ ਜੋ ਇੰਜਨ ਆਇਲ ਪਵੇਗਾ ਜਾਂ ਹੋਰ ਸਪੇਅਰ ਪਾਰਟਸ ਪੈਂਦੇਗੇ ਪੀਐਮਐਸ ਦੇ ਅੰਦਰ ਉਹ ਸਾਰਿਆਂ ਦੇ ਉੱਤੇ 12% ਦਾ ਡਿਸਕਾਊਂਟ ਹੈ ਸੋ ਉਹਦਾ ਵੀ ਕੀ ਮਤਲਬ ਹੈ ਕਿ ਜੇ ਤੁਸੀਂ 5000 ਦਾ ਸਮਾਨ ਪੁਆ ਰਹੇ ਹੋ ਤਾਂ 6-700 ਦਾ ਅਨਦਰ ਡਿਸਕਾਊਂਟ ਸਪੇਅਰ ਪਾਰਟ ਤੇ ਵੀ ਐਂਡ ਅਗੇਨ ਆ ਟੈਲ ਯੂ ਐਦਾ ਦਾ ਡਿਸਕਾਊਂਟ ਕੋਈ ਨਹੀਂ ਦੇ ਸਕਦਾ 마ਰੂਤੀ ਜੈਨੂਨ ਪਾਰਟਸ ਯੂਜ਼ ਕਰਕੇ ਇਸ ਤੋਂ ਸਸਤੀ ਸਰਵਿਸ ਵੀ 30th ਨਵੰਬਰ ਨੂੰ ਕੋਈ ਹੋਰ ਨਹੀਂ ਕਰ ਪਾਏਗਾ ਚਾਹੇ ਜਿਹੜੀ ਮਾਜੀ ਲੋਕਲ ਵਰਕਸ਼ਾਪ ਸੋਚ ਗਈਏ ਜਾਂ ਜਿਹੜਾ ਮਾਜੀ ਆਪਣਾ ਸੱਜਣ ਮਿੱਤਰ ਸੋਚ ਗਈਏ ਇਸ ਤੋਂ ਸਸਤਾ ਨਾ ਸਰਵਿਸ ਨਾ ਲੇਬਰ ਕੋਈ ਵੀ ਚਾਰਜ ਨਹੀਂ ਕਰ ਪਾਊਗਾ ਵਿਦ ਇੰਟਾਇਰ ਫੁੱਲ ਫੁੱਲ ਬੋਡੀ ਸਰਵਿਸ ਜਿਹੜੀ ਗੱਡੀ ਦੀ ਅਸੀਂ ਕਰਦੇ ਆ ਇਹਦੇ ਨਾਲ ਨਾਲ ਕਈ ਕਸਟਮਰਸ ਆਪਣੀ ਇੰਸ਼ੋਰੈਂਸ ਰੀਨਿਊ ਕਰਨ ਚ ਡਿਲੇ ਕਰ ਦਿੰਦੇ ਆ ਜਿਨ੍ਹਾਂ ਦੀ ਪੈਂਡਿੰਗ ਇੰਸ਼ੋਰੈਂਸ ਹੈ ਉਹਨਾਂ ਨੇ ਰੀਨਿਊ ਨਹੀਂ ਕਰਵਾਈ ਹੈ ਗੱਡੀ ਦੀ ਉਹਨਾਂ ਦੇ ਗਈ 30 ਨਵੰਬਰ ਨੂੰ ਜੇ ਆਪਾਂ ਇੰਸ਼ੋਰੈਂਸ ਕਰਾਣੇ ਆ ਤਾਂ ਉੱਤੇ 10% ਦਾ ਟੋਟਲ ਅਮਾਉਂਟ ਦੇ ਉੱਤੇ ਆਫ ਹੈ ਜੇ ਅਗਰ ਤੁਹਾਡੀ ਇੰਸ਼ੋਰੈਂਸ 15000 ਦੀ ਹੋਈ ਹੈ ਤਾਂ ਸਟ੍ਰੇਟ ਅਵੇ 1500 ਰੁਪਏ ਦਾ ਡਿਸਕਾਊਂਟ ਤੁਹਾਨੂੰ ਉਹਦੇ 'ਚ ਮਿਲ ਜਾਣਾ ਹੈਗਾ ਉਹਦੇ ਨਾਲ ਨਾਲ ਜੇ ਕੋਈ ਡਰਾਈਵਿੰਗ ਸਕੂਲ ਦੇ ਵਿੱਚ ਕੋਈ ਆਪਣੇ ਫੈਮਿਲੀ ਮੈਂਬਰ ਨੂੰ ਡਰਾਈਵਿੰਗ ਸਿਖਾਣ ਗਈ ਐਡਮਿਸ਼ਨ ਕਰਵਾਉਂਦਾ ਹੈ 1200 ਰੁਪਏ ਦਾ ਡਿਸਕਾਊਂਟ ਉਹਨਾਂ ਨੂੰ ਡਰਾਈਵਿੰਗ ਕੋਰਸ ਦੇ ਉੱਤੇ ਮਿਲ ਜਾਣਾ ਫਲੈਟ ਐਂਡ ਜੇ ਕੋਈ ਸੱਜਣ ਆਪਣੀ ਗੱਡੀ ਦਾ ਬਾਡੀ ਸ਼ਾਪ 'ਚ ਕੰਮ ਕੈਸ਼ 'ਚ ਕਰਵਾਉਂਦਾ ਹੈ ਵਿਦਆਊਟ ਇੰਸ਼ੋਰੈਂਸ ਕਲੀਮ ਦਿੱਤੇ ਤੇ ਬਾਡੀ ਸ਼ਾਪ ਦੀ ਲੇਬਰ ਦੇ ਵਿੱਚ ਜੋ ਕਿ ਆਲਮੋਸਟ 70% ਆਫ ਦਾ ਕੰਪੋਨੈਂਟ ਹੁੰਦਾ ਬਿੱਲ ਦਾ ਲੇਬਰ ਦੇ ਵਿੱਚ 75% ਆਫ ਮਿਲ ਜਾਣਾ ਹੈਗਾ ਆ ਸੋ ਇਸ ਤਰ੍ਹਾਂ ਕਰਕੇ ਬਹੁਤ ਵੱਡੇ ਆਫਰਸ ਅਸੀਂ ਹਰ ਇੱਕ ਡਿਪਾਰਟਮੈਂਟ ਵੱਲੋਂ ਹਰ ਇੱਕ ਕਸਟਮਰ ਦੇ ਪੱਖੋਂ ਲਗਾਏ ਹੈਗੇ ਆ ਔਰ ਅਸੀਂ ਲਾਸਟ 5 ਸਾਲ ਪਹਿਲਾਂ 2014 'ਚ ਕੀਤਾ ਸੀਗਾ ਐਂਡ ਸਾਨੂੰ ਪਤਾ ਹੀ ਸੋ ਇਹ 7 ਵਜੇ ਵਰਕਸ਼ਾਪ ਖੁੱਲ ਗਈ ਸੀ ਔਰ ਰਾਤ ਦੇ 10 ਵਜੇ ਤੱਕ ਸਾਡੇ ਕੋ ਗੱਡੀਆਂ ਦੀ ਲਾਈਨ ਟੁੱਟੀ ਨਹੀਂ ਸੀ ਉਸ ਤੋਂ ਲਰਨਿੰਗ ਲੈਂਦੇ ਹੋਏ ਇਸ ਵਾਰ ਅਸੀਂ ਤਿਆਰੀ ਕੀਤੀ ਹੈ ਕਿ ਕੱਲੇ ਹੁਸ਼ਾਇਪੁਰ ਸ਼ੋਅਮ ਦੇ ਵਿੱਚ ਅਸੀਂ 500 ਗੱਡੀ 500 ਗੱਡੀ ਇੱਕ ਦਿਨ 'ਚ ਸਰਵਿਸ ਕਰਨ ਦੀ ਅਸੀਂ ਪੂਰੀ ਪ੍ਰਬੰਧ ਕੀਤਾ ਹੈਗਾ ਆ ਕਸਟਮਰਸ ਜਿਹੜੇ ਆਏਗੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਆ ਔਰ ਬਾਕੀ ਵਿਵਸਥਾ ਵੀ ਸਹੀ ਅਸੀਂ ਕੀਤੀ ਹੈਗੀ ਆ ਹਰ ਇੱਕ ਆਊਟਲਟ ਤੁਸੀਂ ਕਿਸੇ ਵੀ ਬ੍ਰਾਂਚ ਸਾਡੇ ਤਲਵਾੜਾ ਮੁਕੇਗੀਆਂ ਦਸੂਆ ਟਾਂਡਾ ਖੁਸ਼ਾਇਪੁਰ ਮਾਇਲਪੁਰ ਗੜਸ਼ੰਕਰ ਮੰਡੀ ਗੋਬਿੰਦਗੜ ਸਹਿੰਦ ਚੁੰਨੀਕਲਾ ਇਹਨਾਂ ਚੋਂ ਕਿਸੇ ਵੀ ਬ੍ਰਾਂਚ 'ਚ ਜਾ ਕੇ ਤੁਸੀਂ ਸਰਵਿਸ ਕਰਾਉਂਗੇ ਤੁਹਾਨੂੰ ਪੂਰਾ ਪ੍ਰੋਵੀਜ਼ਨ ਮਿਲੇਗਾ ਆਲਰੇਡੀ ਜਿੰਨਾ ਜਿੰਨਾ ਲੋਡ ਸਾਨੂੰ ਐਕਸਪੈਕਟਡ ਆ ਸੀ ਉਹਦੇ ਹਿਸਾਬ ਨਾਲ ਤਿਆਰੀ ਕੀਤੀ ਹੈ ਤਿਆਰੀਆਂ ਦੇ ਬਾਰੇ 'ਚ ਮੈਂ ਰਿਕੁਐਸਟ ਕਰੂੰਗਾ ਆਪਣੇ ਜੀਐਮ ਅਖਰੇ ਸੂਜੀ ਨੂੰ ਕਿ ਉਹ ਥੋੜੀ ਜਿਹੀ ਸਰਵਿਸ ਦੀਆਂ ਤਿਆਰੀਆਂ ਦੇ ਬਾਰੇ ਆਪਣੇ ਕਸਟਮਰਸ ਨੂੰ ਦੱਸਣ ਔਰ ਇਸ ਆਫਰ ਦੇ ਬਾਰੇ ਜੋ ਐਕਸਾਈਟਮੈਂਟ ਕਸਟਮਰ ਚ ਸਾਨੂੰ ਦੇਖਣ ਨੂੰ ਮਿਲ ਗਈ ਹੈ ਉਹਦੇ ਬਾਰੇ ਚ ਕੁਝ ਸ਼ੇਅਰ ਕਰਨ ਸਾਹਯਾ ਨਾਲ ਸਤਿ ਸ੍ਰੀ ਅਕਾਲ ਜੀ ਜਿਹੜਾ ਅਸੀਂ ਬਿਗ ਮਾਰੂਤੀ ਸੀਲ ਮਿਲ ਲਗਾ ਰਹੇ ਹਾਂ ਉਸ ਵਾਸਤੇ ਸਰਵਿਸ ਦੇ ਅੱਜ ਸਾਰੇ ਅਸੀਂ ਜਿਹੜੇ ਫਾਲੋਅਰ ਸ਼ੁਰੂ ਕੀਤੇ ਸੀਗੇ ਔਰ ਐਕਸਾਈਟਿਡ ਕਸਟਮਰਸ ਦੇ ਨਾਲ ਬੁਕਿੰਗ ਜਿਹੜੀਆਂ ਆ ਰਹੀਆਂ ਹੈਗੀਆਂ ਬਹੁਤੀ ਜਿਹੜੀ ਅਸੀਂ ਸੋਚਿਆ ਵੀ ਨਹੀਂ ਸੀਗਾ ਉਸ ਤੋਂ ਜ਼ਿਆਦਾ ਸਾਨੂੰ ਬੁਕਿੰਗ ਮਿਲ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਸ ਕਸਪਰਨ ਨੂੰ ਅਸੀਂ ਆਫਰ ਦਿੱਤੀ ਸੀ ਔਰ ਕਸਟਮਰ ਨੇ ਸਾਡੇ ਦੇ ਵਿਸ਼ਵਾਸ ਕਰਕੇ ਸਾਨੂੰ ਬੁਕਿੰਗ ਦਿੱਤੀ ਹੈ ਔਰ ਪਰਸੋ ਜਿਹੜੀ ਗੱਡੀ ਆਏਗੀ ਫੁੱਲ ਫਲੇਜ ਅਸੀਂ ਉਹਨੂੰ ਪੂਰੀ ਆਪਣੀ ਕਰਾਂਗੇ ਔਰ ਹਰੇਕ ਆਊਟਲੈਟ ਤੇ ਕਸਟਮਰ ਦੇ ਜਿਸ ਤਰ੍ਹਾਂ ਸੀਓ ਸਾਹਿਬ ਨੇ ਦੱਸਿਆ ਹੈ ਕਿ ਸਾਰੀ ਵਿਵਸਥਾ ਪੂਰੀ ਕਰ ਲਈ ਗਈ ਹੈ ਸਪेयर पार्ट्स अवेलेबल ਹੋਣਗੇ ਸਪेयर पार्ट ਮਕੈਨਿਕ ਸਾਰੇ अवेलेबल ਹੋਣਗੇ ਖਰੀਦ ਵਧੀਆ ਜੋ ਆਮ ਦਿਨਾਂ ਵਿੱਚ ਕਰਦੇ ਆ ਸਰਵਿਸ ਸੇਮ ਉਹੀ ਮਿਲੇਗੀ ਲੇਕਿਨ ਕਾਫੀ ਸਸਤੇ ਰੇਟ ਤੇ ਮਿਲੇਗੀ ਜਿਸ ਕਰਕੇ ਕਸਟਮਰ ਸੈਟੀਸਫੈਕਸ਼ਨ ਵੀ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਖਾਣ ਪੀਣ ਦਾ ਇੰਤਜ਼ਾਮ ਵੀ ਹੈ ਕਸਟਮਰ ਦੇ ਔਰ ਫੰਡ ਵਗੈਰਾ ਦਾ ਇੰਤਜ਼ਾਮ ਵੀ ਕਈ ਵਾਰ ਹੁੰਦਾ ਹੈ ਕਿ ਤੁਹਾਡੇ ਪਸੰਦ ਦੀ ਗੱਡੀ ਸਾਡੇ ਕੋਲ ਅਵੇਲੇਬਲ ਨਹੀਂ ਹੈਗੀ ਸਟਾਕ ਦੇ ਵਿੱਚ ਸੋ ਜੇ ਉਹਦੀ ਤੁਸੀਂ ਸਾਈ ਪੇਮੈਂਟ ਸਾਨੂੰ ਸੈਟਰਡੇ ਨੂੰ ਕਰ ਦਿੰਨੇ ਹੋ ਸ਼ਨੀਵਾਰ ਵਾਲੇ ਦਿਨ 3 ਨਵੰਬਰ ਨੂੰ ਤਾਂ ਤੁਹਾਨੂੰ ਇਹ ਡਿਸਕਾਊਂਟ ਜਿਸ ਦਿਨ ਤੁਸੀਂ ਗੱਡੀ ਪਰਚੇਸ ਕਰੋਗੇ ਐਕਚੁਅਲ ਜੇ ਉਸ ਦਿਨ ਵੀ ਸਾਰਾ ਡਿਸਕਾਊਂਟ ਐਜ਼ ਇਟ ਇਜ਼ ਹੀ ਦਿੱਤਾ ਜਾਏਗਾ ਸੋ ਅਸੀਂ ਹਰ ਤਰ੍ਹਾਂ ਕਸਟਮਰ ਨੂੰ ਆਪਣੇ ਨੂੰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਐ ਐਂਡ ਵੀ ਆਰ 익ਸਪੈਕਟਿੰਗ ਹਿਊਜ ਨੰਬਰਸ ਇਨ ਟਰਮਸ ਆਫ ਸੇਲਸ ਇਨ ਟਰਮਸ ਆਫ ਸਰਵਿਸ ਇਨ ਟਰਮਸ ਆਫ ਕਸਟਮਰ ਕਮਿੰਗ ਟੂ ਹੁਸ਼ਾਇਪੂ ਆਟੋਮੋਬਾਈਲ ਸਾਨੂੰ ਬਹੁਤ ਵੱਡੇ ਨੰਬਰਸ ਦੀ ਐਕਸਪੈਕਟੇਸ਼ਨ ਹੈ ਬਟ ਵੀ ਆਰ ਰੈਡੀ ਫਾਰ ਇਟ ਅਸੀਂ ਆਪਣੇ ਆਪ ਚ ਪੂਰੀ ਤਿਆਰੀ ਕਰਕੇ ਬੈਠੇ ਹੋਏ ਆ ਜਿੰਨਾ ਮਾਜੀ ਕਸਟਮਰ ਆਵੇ ਵੀ ਆ ਰੈਡੀ ਫੋਰ ਇਟ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ 11 ਵਜੇ 12 ਵਜੇ ਤੱਕ ਵੀ ਸਾਡੀ ਟੀਮ ਸਾਈ ਤਿਆਰ ਰਹੇਗੀ ਕਸਟਮਰ ਨੂੰ ਅਟੈਂਡ ਕਰਨ ਗਈ ਹੋਏ ਕਸਟਮਰ ਦੀ ਗੱਡੀ ਰਸੀਵ ਕਰਕੇ ਸਰਵਿਸ ਕਰਨ ਦੇਗੀ ਸੋ ਮੈਂ ਰਿਕੁਐਸਟ ਕਰੂੰਗਾ ਸਾਇਆ ਨੂੰ ਕਿ ਜਗੂ 30th ਨੂੰ ਸਮਾ ਕੱਢ ਕੇ ਸ਼ਨੀਵਾਰ ਦਾ ਦਿਨ ਹੈ ਛੁੱਟੀ ਵਾਲਾ ਦਿਨ ਹੈ ਬਹੁਤ ਲੋਕਾਂ ਲਈ ਖਾਸ ਕਰਕੇ ਜਿੰਨੇ ਵੀ ਸਾਡੇ ਸਰਵਿਸ ਕਲਾਸ ਦੇ ਬੰਦੇ ਨੇ ਉਹਨਾਂ ਲਈ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ ਨੂੰ ਸਮਾ ਕੱਢ ਕੇ ਆਓ ਜੀ ਆਪਣੀ ਗੱਡੀ ਦਾ ਵੀ ਪ੍ਰੋਪਰ ਚੈੱਕਅਪ ਕਰਵਾਓ ਔਰ ਉਹਦੇ ਨਾਲ ਨਾਲ ਇਸ ਫੈਸਟੀਵਲ ਨੂੰ ਵੀ ਕਹਾਂਗੇ ਅਸੀਂ ਕਿਉਂਕਿ ਬਹੁਤ ਕੁਝ ਹੋਣ ਵਾਲਾ ਆ ਉਹਦਾ ਵੀ ਆ ਕੇ ਆਨੰਦ ਉਠਾਓ ਜੀ ਥੈਂਕ ਯੂ ਵੈਰੀ ਮਚ ਐਂਡ ਸੀ ਯੂ ਔਨ 30th ਨਵੰਬਰ ਐਟ ਬਿਗ ਮਾਰੂਤੀ ਸੇਲ ਡੇ ਜੀ ਥੈਂਕ ਯੂ